ਪਰ ਰੋਜ਼ ਦੇ ਨਾ 9-10 ਹਜ਼ਾਰ ਸਟੈਪ ਪੂਰੇ ਕਰਨੇ ਆ। ਸੋ ਜੀ ਸਾਡੇ ਸਟੈਪ ਦੇਖੋ ਜੀ 5,443 ਸਟੈਪ ਹੋ ਗਏ ਆ। ਉਹ ਜੀ ਹੁਣ ਆਪਾਂ ਉਡਾਣ ਲੱਗੇ ਜੀ ਪਤੰਗ ਆ, ਦੇਖੋ ਹਰਪ੍ਰੀਤ ਨੇ ਪਤੰਗ ਉਡਾਇਆ ਹੋਇਆ। ਕਿਵੇਂ ਫੀਲ ਹੋ ਰਿਹਾ ਹਰਪ੍ਰੀਤ ਨੂੰ ਪਤੰਗ ਉਡਾ ਕੇ? ਬਹੁਤ ਵਧੀਆ। ਇੱਕ ਛੋਟਾ ਜਿਹਾ ਕੱਟੂ ਵੀ ਹੈਗਾ ਏ। ਆਵਤ ਸ਼ਾਮ ਦਾ ਟਾਈਮ ਹੋ ਗਿਆ, ਧੁੰਦ ਪੈਣ ਲੱਗ ਗਈ ਹੈ। ਮੈਂ ਸਿਖਾ ਦੀ ਗੋੜੀ ਹੁਣ। ਅੱਛਾ ਸਿਖਾ ਦੀ ਥੱਪੜ ਮਾਰ ਕੇ। ਸਤਿ ਸ੍ਰੀ ਅਕਾਲ ਬਾਈ, ਸਾਰਿਆਂ ਨੂੰ ਕਿਆ ਹਾਲ ਚਾਲ ਹੈ ਥਾਰੇ ਸਾਰਿਆਂ ਕੇ? ਅੱਜ ਠੰਡ ਬਹੁਤ ਜ਼ਿਆਦਾ ਏ, ਟਾਈਮ ਹੋ ਗਿਆ 2 ਵਜੇ ਦਾ ਦੁਪਹਿਰ ਦਾ, ਅਤੇ ਆਪਾਂ ਸੈਰ ਕਰਨ ਚੱਲਿਆ। ਮੇਰੇ ਨਾਲ ਆ ਜੀ ਹਰਪ੍ਰੀਤ। ਹਮੇ ਡਿਸਾਈਡ ਕਰਿਆ ਵਾ ਵੀ ਆਪਾਂ ਰੋਜ਼ ਦੇ ਨਾ 9-10 ਹਜ਼ਾਰ ਸਟੈਪ ਪੂਰੇ ਕਰਨੇ ਆ, ਤਾਂ ਕਰਕੇ ਬਸ ਸਟੈਪ ਪੂਰੇ ਕਰਨ ਚੱਲੇ ਹਾਂ ਆਪਾਂ। ਇਹ ਉਹ ਆ ਜੀ ਮਾਰੇ ਪਿੰਡ ਕਾ ਬੱਸ ਅੱਡਾ, ਆਹ ਦੇਖੋ ਜੀ ਬੱਸ ਖੜੀ ਹੈ। ਆਹ ਦੇਖੋ ਬਾਈ ਲੋਕ ਅੱਗ ਬਲ ਬਲ ਕਾ ਅੱਡ ਸੇਕ ਰਹੇ ਆ। ਠੰਡ ਬਹੁਤ ਜ਼ਿਆਦਾ, 4 ਦਿਨ ਹੋ ਗਏ ਸੂਰਜ ਨਹੀਂ ਨਿਕਲਿਆ ਬਾਈ, ਅਤੇ ਆਪਾਂ 2-3 ਦਿਨਾਂ ਦੇ ਕੱਪੜੇ ਵੀ ਧੋਏ ਹੋਏ ਆ, ਉਹ ਵੀ ਨਹੀਂ ਸੁੱਕੇ। ਅਤੇ ਅੱਜ ਅਯੋਧਿਆ 'ਚ ਸ਼੍ਰੀ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਆਯੋਜਨ ਹੋ ਰਿਹਾ ਜੀ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਅੱਛਾ ਹਰਪ੍ਰੀਤ, ਐਂ ਦੱਸ ਕਿੰਨੇ ਕਿਲੋਮੀਟਰ ਤੁਰ ਦੇ ਆਪਣੇ ਸਟੈਪ ਪੂਰੇ ਹੋ ਜੂੰਗੇ? 5 ਹਾਂ 6 ਕਿਲੋਮੀਟਰ ਤੁਰੂੰਗੇ ਤਾਂ 10,000 ਸਟੈਪ ਪੂਰੇ ਹੁੰਦੇ ਆ। ਹਾਂ ਬੱਸ ਸਰਵਿਸ ਬਹੁਤ ਸੋਹਣੀ ਲੱਗੀ ਹੋਈ ਹੈ ਆਪਣੇ ਪਿੰਡ ਨੂੰ। ਸੈਰ ਕਰਨ ਵਾਸਤੇ ਸਾਡਾ ਇਲਾਕਾ ਬਹੁਤ ਸੋਹਣਾ ਏ, ਬਹੁਤ ਵਧੀਆ ਇਲਾਕਾ ਘੁੰਮਣ ਫਿਰਨ ਨੂੰ। ਹਾਂਜੀ, ਅਤੇ ਅੱਜ ਹਰ ਜਗ੍ਹਾ ਝੰਡੇ ਦੇਖਣ ਨੂੰ ਮਿਲਣਗੇ। ਆਹ ਦੇਖੋ ਆਪਾਂ ਪਹੁੰਚ ਗਏ ਪੈਦਲ ਤੁਰਦੇ ਤੁਰਦੇ ਨਵੇਂ ਘਰੋਂ। ਆਹ ਦੇਖੋ ਜੀ ਚਾਹ ਦਾ ਲੰਗਰ ਅਤੇ ਬ੍ਰੈਡਾਂ ਦਾ ਲੰਗਰ। ਸ਼੍ਰੀ ਰਾਮ, ਜੈ ਸ਼੍ਰੀ ਰਾਮ। ਲੋਕਾਂ 'ਚ ਉਤਸ਼ਾਹ ਬਹੁਤ ਜ਼ਿਆਦਾ ਅਤੇ ਖੁਸ਼ ਵੀ ਬਹੁਤ ਜ਼ਿਆਦਾ ਏ। ਖੁਸ਼ੀ ਦੀ ਗੱਲ ਹੈ ਵੀ ਇੱਥੇ ਨੇੜੇ ਮੰਦਰ ਆ ਇੱਕ, ਉੱਥੇ ਵੀ ਪ੍ਰੋਗਰਾਮ ਹੈਗਾ। ਸੋ ਜੀ ਮੰਦਰ ਦਾ ਵੀ ਆਪਾਂ ਦੇਖ ਲਿਆ, ਢੋਲ ਨਗਾੜਿਆਂ ਨਾਲ ਖੁਸ਼ੀ ਇਜ਼ਹਾਰ ਕੀਤੀ ਜਾ ਰਹੀ ਆ, ਹਰ ਪਾਸੇ ਰੌਣਕ ਦਾ ਮਾਹੌਲ ਆ ਜੀ। ਸੋ ਜੀ ਲੰਗਰ ਛਕ ਲਿਆ ਜੀ ਅਸੀਂ, ਤੇ ਸਾਡੀ ਪੇਟ ਪੂਜਾ ਹੋ ਗਈ ਹੈ, ਹੁਣ ਅਸੀਂ ਫੇਰ ਦੁਬਾਰੇ ਜਿਹੜਾ ਖਾਦਾ ਹਜਮ ਕਰਨਾ ਹੈ। ਹਾਂ ਪੇਟ ਪੂਜਾ ਵੀ ਹੋ ਗਈ ਤੇ ਨਾਲ ਨਾਲ ਸੈਰ ਵੀ ਹੋ ਰਹੀ ਆ। ਆਹ ਦੇਖੋ ਜੀ ਅੱਜ ਦਾ ਮੌਸਮ, ਤੇ ਉੱਪਰ ਸੂਰਜ ਉਹ ਥੋੜਾ ਥੋੜਾ ਜਿਹਾ ਝਾਕ ਰਿਹਾ ਏ, ਤੇ ਕਈ ਦਿਨਾਂ ਤੋਂ ਇਹੀ ਹਾਲ ਹੈ ਮੌਸਮ ਦਾ, ਧੁੱਪ ਬਿਲਕੁਲ ਵੀ ਨਹੀਂ ਨਿਕਲ ਰਹੀ। ਸੋ ਜੀ ਸਾਡੇ ਸਟੈਪ ਦੇਖੋ ਜੀ 5,443 ਸਟੈਪ ਹੋ ਗਏ ਆ। ਆਹ ਬਲਿਊ ਵਾਲੇ ਸਟੈਪ ਹੈ, ਆਹ ਹਾਰਟ ਰੇਟ ਆ 25। ਹਾਂ ਹੁਣ ਆਪਾਂ ਚੰਡੀਗੜ੍ਹ ਦੇ ਰੋਡ 'ਤੇ ਘੁੰਮ ਰਹੇ ਹਾਂ ਜੀ। ਇਹ ਸਾਈਕਲ ਵਾਲਿਆਂ ਵਾਸਤੇ ਬਣਿਆ ਹੋਇਆ ਰੋਡ ਪਥ, ਅਤੇ ਉੱਧਰਲੇ ਪਾਸੇ ਮੇਨ ਸੜਕ ਆ, ਅਤੇ ਆਹ ਦੇਖੋ ਜੀ ਚੰਡੀਗੜ੍ਹ ਦੇ ਜਿਹੜੇ ਦਰੱਖਤ ਲੱਗੇ ਹੋਏ ਆ ਨਾ ਰੋਡ ਦੇ ਸਾਈਡ 'ਤੇ, ਬਹੁਤ ਪੁਰਾਣੇ ਪੁਰਾਣੇ ਅਤੇ ਬਹੁਤ ਬੜੇ ਬੜੇ ਵਿਸ਼ਾਲ ਦਰੱਖਤ ਆ ਜੀ ਇਹ। ਹਾਂਜੀ ਨਮਸਕਾਰ, ਠੀਕ ਹੈ ਜੀ ਠੀਕ ਹੈ। ਸੋ ਜੀ ਤੁਰਦੇ ਤੁਰਦੇ ਆਪਾਂ ਸੈਕਟਰੀਏਟ ਪਹੁੰਚ ਗਏ ਜੀ। ਆਪਾਂ ਕੁਲਚੇ ਖਾਣ ਲੱਗੇ ਸੀਗੇ ਅਤੇ ਹਰਪ੍ਰੀਤ ਕਹਿੰਦੀ ਵੀ ਆਹ ਦਿਖਾਉਣਾ ਨਹੀਂ ਹੈਗਾ, ਦੇਖਦੇ ਹਾਂ ਹੁਣ। ਇੱਕ ਕੁਲਚਾ ਕਰਾਇਆ, ਅੱਧਾ ਅੱਧਾ ਖਾਇਆ ਸੀ ਦੋਨਾਂ ਨੇ, ਉਹਦੀ ਮੈਂ ਵੀਡੀਓ ਨਹੀਂ ਬਣਾਈ ਕਿਉਂਕਿ ਹਰਪ੍ਰੀਤ ਨਹੀਂ ਚਾਹੁੰਦੀ ਸੀਗੀ ਕਿ ਵੀਡੀਓ ਨਾ ਬਣਾਈ ਜਾਵੇ। ਅਤੇ ਹੁਣ ਆਪਾਂ ਪਹੁੰਚ ਗਏ ਜੀ ਸੈਕਟਰੀਏਟ ਤੁਰਦੇ ਤੁਰਦੇ, ਅਤੇ ਆਹ ਜੀ ਰੋਡ ਸੈਕਟਰੀਏਟ ਦਾ, ਥੋੜ੍ਹੀ ਦੇਰ ਤੱਕ ਆਪਾਂ ਘਰ ਪਹੁੰਚ ਜਾਵਾਂਗੇ ਜੀ।
ਤੇ ਅਸੀਂ ਪਿੰਡ ਵਿੱਚ ਪਹੁੰਚ ਗਏ ਸੀਗੇ। ਹੁਣ ਇਹਨਾਂ ਨੂੰ ਮਿਲ ਗਈ ਆ ਨਿੰਮ, ਨਿੰਮ ਦੀ ਦਾਤਣ ਲੈਣ ਲੱਗੇ ਹੋਏ ਆ। ਇਹ ਕਿੰਨੀਆਂ ਕੁ ਤੋੜਨੀਆਂ ਹੁਣ? ਸੋ ਜੀ ਸਾਨੂੰ ਮਿਲ ਗਿਆ ਜੀ ਨਿੰਮ ਦੀਆਂ ਦਾਤਣਾਂ, ਆਪਾਂ ਦਾਤਣਾਂ ਵੀ ਤੋੜਨ ਲੱਗੇ ਹੁਣ, ਪਰ ਮੇਰਾ ਹੱਥ ਪਹੁੰਚ ਨਹੀਂ ਰਿਹਾ, ਉੱਚੀਆਂ ਬਹੁਤ ਆ। ਸੋ ਜੀ ਦਾਤਣਾਂ ਆਪਾਂ ਤੋੜ ਦੀਆਂ, ਇਕੱਠੀਆਂ ਕਰ ਲਈਆਂ ਕਾਫੀ ਸਾਰੀ ਦਾਤਣਾਂ। ਸੋ ਜੀ ਫਾਈਨਲੀ ਆਪਾਂ ਸੈਰ ਕਰਕੇ ਪਹੁੰਚ ਗਏ ਜੀ ਘਰੇ। ਹੁਣ ਆਪਾਂ ਸਟੈਪ ਚੈੱਕ ਕਰਦੇ ਹਾਂ ਆਪਣੇ ਕਿੰਨੇ ਸਟੈਪ ਹੋ ਗਏ ਕੰਪਲੀਟ। ਆਹ ਦੇਖੋ ਜੀ 11,000 ਸਟੈਪ ਹੋ ਗਏ ਆਪਣੇ, 11,131। ਠੀਕ ਹੈ ਜੀ, ਆਪਾਂ ਤੁਰੇ ਹਾਂ ਜੀ 7.5 ਕਿਲੋਮੀਟਰ। ਵਾਹ ਸ਼ਾਬਾਸ਼, ਅੱਜ ਹਰਪ੍ਰੀਤ ਨੇ ਬਹੁਤ ਘੈਂਟ ਕੰਮ ਕਰਿਆ, ਅੱਜ ਹਰਪ੍ਰੀਤ ਨੇ ਹਿੰਮਤ ਨਹੀਂ ਹਾਰੀ, ਡਟੀ ਰਹੀ, ਅੱਜ ਸੈਰ ਪੂਰੀ ਕਰੀ ਅਸੀਂ। ਆਹ ਦੇਖੋ ਜੀ ਅਸੀਂ ਕਿੰਨੀਆਂ ਦਾਤਣਾਂ ਇਕੱਠੀਆਂ ਕਰ ਲਈਆਂ। ਆਹ ਇੱਕ ਮਹੀਨੇ ਦਾ ਸਾਡਾ ਕੋਟਾ ਸਾਰਾ ਪੂਰਾ ਹੋ ਗਿਆ। ਨਿੰਮ ਦੀ ਦਾਤਣ ਸਾਰਿਆਂ ਨੂੰ ਕਰਨੀ ਚਾਹੀਦੀ ਆ। ਅੱਜ ਸਵੇਰੇ ਸਵੇਰੇ ਮੈਂ ਪਹੁੰਚਿਆ ਹੋਇਆ ਜੀ PGI। ਅੱਜ ਮੈਨੂੰ ਬਹੁਤ ਜ਼ਰੂਰੀ ਕੰਮ ਸੀਗਾ PGI 'ਚ। ਅੱਜ ਸਵੇਰ ਦਾ ਮਾਹੌਲ ਦੇਖੋ ਜੀ, ਧੁੰਦ ਬਹੁਤ ਜ਼ਿਆਦਾ ਹੈ ਅਤੇ PGI 'ਚ ਆਵਾਮ ਬਹੁਤ ਪਹੁੰਚੀ ਹੋਈ ਹੈ, ਜਨਤਾ। ਉੱਪਰ ਸੂਰਜ ਤਾਂ ਬਿਲਕੁਲ ਵੀ ਨਜ਼ਰ ਨਹੀਂ ਆ ਰਿਹਾ। ਸੋ ਅੱਜ ਮੈਂ ਗਿਆ ਸੀਗਾ ਜੀ PGI, ਥੋੜ੍ਹਾ ਜਿਹਾ ਕੰਮ ਸੀਗਾ। ਅਤੇ ਹੁਣ ਆਪਾਂ ਨਿੰਮੀ ਨੂੰ ਛੱਡਣ ਚੱਲੇ ਹਾਂ ਜੀ, ਇਹਦੀ ਛੁੱਟੀਆਂ ਖਤਮ ਹੋ ਗਈਆਂ, ਸਕੂਲ ਸ਼ੁਰੂ ਹੋਣ ਵਾਲੇ ਆ ਇਹਦੇ। ਅੱਜ ਠੰਡ ਬਹੁਤ ਜ਼ਿਆਦਾ ਹੈ ਅਤੇ ਹਰਪ੍ਰੀਤ ਨੇ ਬਹੁਤ ਜ਼ਿਆਦਾ ਸਵੈਟਰ ਹਰ ਕੋਟੀਆਂ ਪਾਈਆਂ ਹੋਈਆਂ ਹੈ। ਦੇਖੋ ਜੀ ਸ਼ੂਜ਼ ਵੀ ਪਾਉਣ ਲੱਗੀ ਆ ਅਤੇ ਨਿੰਮੀ ਨੇ ਵੀ ਆਪਣੀ ਜੈਕਟ ਪਾ ਲਈ ਆ। ਸਤਿ ਸ਼੍ਰੀ ਅਕਾਲ ਕਰ ਸਾਰਿਆਂ ਨੂੰ, ਇਹਦੇ ਵਿੱਚ ਨੂੰ ਦੇਖ ਕੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਅਸੀਂ ਚੱਲੇ ਹਾਂ ਜੀ ਨਿੰਮੀ ਨੂੰ ਛੱਡਣ, ਕਿਉਂਕਿ ਇਹ ਆਈ ਹੋਈ ਸੀਗੀ, ਹਫ਼ਤਾ ਹੋ ਗਿਆ ਸਾਡੇ ਘਰੇ। ਇਹਦੇ ਮੰਮੀ ਡੈਡੀ ਆਏ ਹੋਏ ਨੇ ਇਹਨੂੰ ਲੈਣ, ਇਹਨੂੰ PGI ਡ੍ਰੌਪ ਕਰ ਦੇਣਾ। ਨਿੰਮੀ ਦਾ ਘਰ ਜਾਣ ਨੂੰ ਜੀ ਨਹੀਂ ਕਰ ਰਿਹਾ, ਇਹ ਤਾਂ ਦਿਲ ਹੌਲਾ ਹੋਇਆ ਵਾ ਵਿਚਾਰੀ ਦਾ। ਇੱਕ ਜਗ੍ਹਾ ਹੋਰ ਜਾਣਾ ਹੈ, ਉੱਥੇ ਦਾ ਵੀ ਵਲੌਗ ਸ਼ੂਟ ਕਰਦੇ ਹਾਂ। ਲਓ ਜੀ ਧੁੱਪ ਨਿਕਲ ਗਈ ਆ, ਇਹ ਸੈਕਟਰੀਟ ਆ ਗਿਆ, ਧੁੱਪ ਨਿਕਲ ਗਈ ਆ, ਬਾਹਰ ਲੋਕ ਧੁੱਪ ਸਿੱਕਣ ਨਿਕਲ ਗਏ। ਜਿੱਥੇ ਅਸੀਂ ਜਾਣਾ ਉੱਥੇ ਧੁੱਪ ਨਹੀਂ ਹੈਗੀ, ਉੱਥੇ ਠੰਡ ਹੋਊਗੀ। ਇਹ ਸਾਡੀ ਨਣਦ ਨੇ ਲਈ ਜਗ੍ਹਾ, ਉੱਥੇ ਚੱਲੇ ਅੱਜ ਆਪਾਂ ਪਹਿਲੀ ਵਾਰੀ। ਅਸੀਂ ਫਸਟ ਟਾਈਮ ਚੱਲੇ ਹਾਂ ਜੀ, ਉਹ ਮੇਰੇ ਨਣਦ ਨੇ ਜਗ੍ਹਾ ਲਈ ਹੈ ਨਵੀਂ। ਸੋ ਜੀ ਹਮੇ ਪਹੁੰਚੇ ਵੀ ਇਸ ਟਾਈਮ PGI ਤੇ, ਆਪਾਂ ਵੇਟ ਕਰ ਰਹੇ ਹਾਂ ਆਪਣੀ ਸਿਸਟਰ ਦੀ, ਉਹ ਉੱਪਰ ਗਏ ਹੋਏ ਹੈ। ਲਓ ਜੀ ਨਿਮਰਤ ਨੂੰ ਆਪਾਂ ਸਿਸਟਰ ਕੋਲ ਕਰਤਾ ਜੀ ਹੈਂਡ ਓਵਰ। ਲਓ ਜੀ ਚੱਲੀ ਇਹ ਆਪਣੀ ਮੰਮੀ ਨਾਲ ਚੱਲੀ ਹੁਣ ਕੁੜੀ। ਚਲੋ ਜੀ ਚੱਲੀਏ, ਬੈਲਟ ਲਾ ਲਾ। ਹਾਂ ਬੈਲਟ ਲਾਣੀ ਜ਼ਰੂਰੀ ਹੈ, ਚੰਡੀਗੜ੍ਹ ਹੈ ਬਾਈ, ਪਹਿਲਾਂ ਬੈਲਟ ਲਗਾ ਲੈਂਦੇ ਹਾਂ। ਚਲੋ ਫਿਰ ਹੁਣ ਅਸੀਂ ਚੱਲਦੇ ਹਾਂ ਜੀ ਜੋਤ ਕੋਲ, ਜੋਤ ਕੋਲ ਜਾ ਕੇ ਦੇਖਦੇ ਹਾਂ ਕਿਆ ਕਰਨਾ ਹੈ ਜੀ। ਆਪਾਂ ਆਪਣੀ ਸਿਸਟਰ ਨੂੰ ਪਿੱਕ ਕਰ ਲਿਆ ਜੀ, ਹੁਣ ਨਾ ਇਹਨਾਂ ਨੇ ਨਾ ਨਵੀਂ ਜਗ੍ਹਾ ਲਈ ਆ, ਆਪਾਂ ਉੱਥੇ ਵਿਜ਼ਿਟ ਨਹੀਂ ਕਰਿਆ, ਕਾਫੀ ਦੇਰ ਹੋ ਗਈ, ਅੱਜ ਆਪਾਂ ਉੱਥੇ ਵਿਜ਼ਿਟ ਕਰਨ ਚੱਲੇ ਹਾਂ ਜੀ। ਹੁਣ ਜੀ ਅਸੀਂ ਖੇਤਾਂ 'ਚ ਪਹੁੰਚ ਗਏ ਹਾਂ ਅਤੇ ਆਹ ਹਰੇ ਹਰੇ ਸਾਨੂੰ ਖੇਤ ਦਿਖ ਰਹੇ ਆ। ਲਓ ਜੀ ਅਸੀਂ ਆਪਣੀ ਡੈਸਟੀਨੇਸ਼ਨ 'ਤੇ ਪਹੁੰਚਣ ਵਾਲੇ, ਮੈਂ ਥੋੜ੍ਹਾ ਜਿਹਾ ਸੌਂ ਵੀ ਲਈ ਆ ਅਤੇ ਡਰਾਈਵਰ ਗੱਡੀ ਚਲਾ ਰਹੇ ਹਾਂ। ਅਸੀਂ ਪਿੰਡਾਂ ਵਾਲੇ ਮਾਹੌਲ 'ਚ ਪਹੁੰਚ ਗਏ ਜੀ ਪੰਜਾਬ ਦੇ, ਅਤੇ ਆਸੇ ਪਾਸੇ ਖੇਤ ਨੇ, ਦਿਖਾਓ ਜੀ ਖੇਤ, ਉਹ ਦੇਖੋ ਹੈ ਨਾ, ਦੋਨੇ ਪਾਸੇ ਖੇਤ ਨੇ। ਅੱਜ ਖੈਰ ਸੁੱਖ ਨਾਲ ਧੁੱਪ ਨਿਕਲੀ ਹੋਈ ਹੈ, ਮੌਸਮ ਖਿੜ ਗਿਆ ਅੱਜ, ਬਹੁਤ ਦਿਨਾਂ ਬਾਅਦ ਧੁੱਪ ਦੇਖਣ ਨੂੰ ਮਿਲੀ ਅੱਜ। ਲਓ ਜੀ ਅਸੀਂ ਪਹੁੰਚ ਗਏ ਜੀ ਆਪਣੀ ਡੈਸਟੀਨੇਸ਼ਨ ਤੇ, ਇਹ ਆਪਣੀ ਸਿਸਟਰ ਆ ਗਈ ਜੀ, ਇਹ ਉਹਦਾ ਘਰ ਹੈ ਨਵਾਂ ਲਿਆ ਜਿਹੜਾ ਇਹਨਾਂ ਨੇ। ਹਾਂ ਲਓ ਜੀ ਸਤਿ ਸ਼੍ਰੀ ਅਕਾਲ। ਲਓ ਜੀ ਆਪਾਂ ਪਹੁੰਚ ਗਏ ਜੀ ਆਪਣੀ ਸਿਸਟਰ ਦੇ ਘਰ, ਜਿਹੜੀ ਉਹਨਾਂ ਨੇ ਨਵੀਂ ਲਈ ਆ ਜਗ੍ਹਾ। ਇਹ ਆ ਜੀ ਵਿਹੜਾ ਅਤੇ ਅੱਗ ਮੈਸਾਂ ਬੰਨੀਆਂ ਹੋਈਆਂ ਇੱਧਰ, ਇੱਕ ਛੋਟਾ ਜਿਹਾ ਕੱਟੂ ਵੀ ਹੈਗਾ ਏ ਉੱਤ।
ਆ ਦੇਖੋ ਕਿੰਨਾ ਪਿਆਰਾ ਕੱਟੂ ਹੈ ਜੀ। ਅਤੇ ਇੱਧਰ ਵੀ ਮੈਸਾਂ ਦਾ ਸਾਰਾ ਏਰੀਆ ਇਹ, ਅਤੇ ਆਹ ਜੀ ਮਕਾਨ ਬਣਿਆ ਹੋਇਆ। ਹੁਣ ਆਪਾਂ ਅੰਦਰ ਵੀ ਦੇਖਦੇ ਹਾਂ, ਚੱਲ ਕੇ ਗੇੜਾ ਮਾਰਦੇ ਹਾਂ। ਆ ਗਿਆ ਜੀ ਅੰਦਰ ਕਮਰਾ, ਇੱਧਰਲੇ ਪਾਸੇ ਰਸੋਈ ਆ, ਠੀਕ ਹੈ ਜੀ। ਆ ਇੱਕ ਕਮਰਾ ਇਹ ਆ, ਬਾਕੀ ਅੰਦਰ ਕਮਰੇ ਆ ਇਹ ਬਣੇ ਹੋਏ। ਹਾਂ ਇੱਧਰ ਵੀ ਬਣੇ ਹੋਏ ਆ ਕਮਰੇ, ਦੋ ਕਮਰੇ ਇੱਧਰ ਆ ਬਣੇ ਹੋਏ, ਤਿੰਨ। ਹੁਣ ਆਪਾਂ ਛੱਤ 'ਤੇ ਚੱਲਦੇ ਹਾਂ ਜੀ, ਛੱਤ ਵੀ ਦੇਖਦੇ ਹਾਂ। ਖੈਰ ਮਕਾਨ ਸੋਹਣਾ ਬਣਿਆ ਹੋਇਆ, ਜਗ੍ਹਾ ਖੁੱਲ੍ਹੀ ਡੁੱਲੀ ਆ ਬਿਲਕੁਲ। ਆਹ ਛੱਤ ਹੈ ਜੀ ਇਹਨਾਂ ਦੀ, ਪਾਥੀਆਂ ਵੀ ਪੱਥੀਆਂ ਹੋਈਆਂ ਨੇ ਇਹਨਾਂ ਨੇ। ਇੱਥੇ ਮੋਰ ਵੀ ਆ ਜਾਂਦੇ ਆ, ਦੇਖੋ ਜੀ ਮੋਰਨੀ ਆਈ ਹੋਈ ਹੈ। ਓਏ ਹੋਏ ਸਾਹਮਣੇ ਆ ਜੀ ਗੁਰਦੁਆਰਾ ਸਾਹਿਬ। ਉਹ ਜੀ ਹੁਣ ਆਪਾਂ ਉਡਾਉਣ ਲੱਗੇ ਜੀ ਪਤੰਗ, ਆ ਦੇਖੋ ਹਰਪ੍ਰੀਤ ਨੇ ਪਤੰਗ ਉਡਾਇਆ ਹੋਇਆ ਜ਼ਿੰਦਗੀ 'ਚ ਪਹਿਲੀ ਵਾਰੀ। ਕਿਵੇਂ ਫੀਲ ਹੋ ਰਿਹਾ ਹਰਪ੍ਰੀਤ ਨੂੰ ਪਤੰਗ ਉਡਾ ਕੇ? ਬਹੁਤ ਵਧੀਆ। ਆ ਜੀ ਚੜ ਖੜੀ ਆਪਣੀ ਤੇ ਉਹ ਉੜਦਾ ਪਤੰਗ। ਓਏ ਹੋਏ ਨਜ਼ਾਰਾ ਗਿਆ, ਲੈ ਫੜੀ ਮੈਂ ਵੀ ਉਡਾ ਕੇ ਦੇਖਾਂ। ਹਾਂਜੀ ਕਿਵੇਂ ਲੱਗ ਰਿਹਾ ਪਤੰਗ ਉਡਾ ਕੇ? ਪਤੰਗ ਉਡਾਏ ਜਾ ਰਹੇ ਆ, ਬਹੁਤ ਵਧੀਆ ਲੱਗ ਰਿਹਾ। ਹਾਂ ਪੁੱਤ ਕੀ ਹਾਲ ਹੈ? ਸਤਿ ਸ਼੍ਰੀ ਅਕਾਲ। ਸੋ ਜੀ ਹੁਣ ਮੈਨੂੰ ਕੰਮ ਆਇਆ ਹੋਇਆ, ਮੇਰੇ ਫੋਨ ਆ ਰਹੇ ਆ, ਮੈਂ ਘਰ ਜਾਣਾ ਜੀ, ਘਰ ਜਾ ਕੇ ਕੰਮ ਕਰਨਾ ਹੁਣ ਜਲਦੀ। ਨਹੀਂ ਸਾਡਾ ਦਿਲ ਲੱਗ ਗਿਆ ਇੱਥੇ ਪੂਰਾ। ਹਾਂ ਇਹ ਮਾਹੌਲ 'ਚ ਜੀ ਲੱਗਦਾ, ਪਿੰਡ ਵਾਲਾ ਮਾਹੌਲ, ਸ਼ਾਂਤਮਈ ਮਾਹੌਲ ਆ ਉਰੇ, ਹਨਾ। ਕੋਈ ਰੋਲਾ ਗੋਲਾ ਨਹੀਂ, ਕੋਈ ਕੁਛ ਨਹੀਂ। ਆ ਮੋਰਨੀਆਂ ਬੈਠੀਆਂ, ਤੂੰ ਕਿੱਥੇ ਬੈਠੀ ਮੋਰਨੀਆਂ? ਹਾਂ ਕੋਠਿਆਂ ਦੇ ਮੋਰ ਬੈਠੇ ਆ, ਮੋਰਨੀਆਂ ਬੈਠੀਆਂ। ਸੋ ਨਿਆਣੇ ਆ ਗਏ ਆ ਜੀ, ਤੇ ਹੁਣ ਇਹ 1 ਮਹੀਨੇ ਬਾਅਦ ਚੱਲੇ ਆ। ਸਤਿ ਸ਼੍ਰੀ ਅਕਾਲ ਕਰੋ ਬਾਈ। ਸਤਿ ਸ਼੍ਰੀ ਅਕਾਲ। ਇਹ 1 ਮਹੀਨੇ ਬਾਅਦ ਆਪਣੇ ਘਰ ਚੱਲੇ ਆ, ਇੱਥੇ ਆਏ ਹੋਏ ਤੇ ਕਿਉਂਕਿ ਛੁੱਟੀਆਂ ਹੋ ਗਈਆਂ ਖਤਮ। ਇਹਨਾਂ ਦਾ ਵਿਚਾਰਿਆਂ ਦਾ ਮਨ ਹੌਲਾ ਹੋਇਆ ਹੋਇਆ, ਕਿਉਂਕਿ ਇੱਥੇ ਇਹਨਾਂ ਦਾ ਦਿਲ ਲੱਗਿਆ ਹੋਇਆ ਤਾਂ। ਹਾਂ ਦਿਲ ਲੱਗਦਾ ਵੀ, ਖੈਰ ਬਹੁਤ ਸੋਹਣਾ ਮਾਹੌਲ ਹੈ, ਸਾਡਾ ਵੀ ਬਹੁਤ ਦਿਲ ਲੱਗਿਆ ਇੱਥੇ ਆ ਕੇ ਬਈ। ਚਲੋ ਜੀ ਹੁਣ ਚੱਲਦੇ ਆ ਘਰ ਨੂੰ ਇਹਨਾਂ ਦੇ। ਆ ਜੀ ਟੋਬਾ, ਆਏ ਜੀ ਇਹਨਾਂ ਦੇ ਪਿੰਡ ਕੋਲ ਭੱਠਾ। ਸ਼ਾਮ ਦਾ ਟਾਈਮ ਹੋ ਗਿਆ, ਧੁੰਦ ਪੈਣ ਲੱਗ ਗਈ ਹੈ। ਇਹ ਮੈਨੂੰ ਬੋਲਣ ਨਹੀਂ ਦਿੰਦੇ ਹੈਗੇ, ਮੈਨੂੰ ਬੋਲਣਾ ਨਹੀਂ ਆਉਂਦਾ। ਨਾ ਨਾ ਬੋਲ ਤੂੰ, ਮੈਂ ਅੱਜ ਨਹੀਂ ਤੈਨੂੰ ਕੁਛ ਵੀ ਬੋਲਦਾ, ਮੈਂ ਸਿਖਾ ਦੀ ਕੁੜੀ ਹੁਣ। ਅੱਛਾ ਸਿਖਾ ਦੀ ਥੱਪੜ ਮਾਰ ਕੇ ਹੁਣ ਸਿੱਖ ਗਈ ਇਹ, ਹੁਣ ਬਲਾਗ ਬਣਾ ਸਕਦੀ ਹੈ। ਸਾਗ ਤੋੜੀ ਆ ਪਰ ਲੈ ਕੇ ਜਲਦੀ ਆਈ, ਤੋੜਨਾ ਤਾਂ ਮੈਨੂੰ ਵੀ ਨਹੀਂ ਆਉਂਦਾ। ਸੋ ਜੀ ਅਸੀਂ ਬੱਚਿਆਂ ਨੂੰ ਘਰੇ ਉਤਾਰਤੇ ਆਏ, ਤੇ ਹੁਣ ਅਸੀਂ ਚੱਲੇ ਹਾਂ ਜੀ ਆਪਣੇ ਘਰੇ, ਤੇ ਚਲੋ ਜੀ ਚੱਲਦੇ ਹਾਂ।